ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ న్యూਸ ਚੈਨਲ ਤੇ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ حاضر ਹੋਏ ਹਾਂ ਜੀ ਅੱਜ ਦੇ ਰਹਿੰਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਨਾ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ ਇੱਥੇ ਕਿਸਾਨਾਂ ਨੂੰ 100 ਰੁਪਏ ਲੀਟਰ ਦੁੱਧ ਖਰੀਦੇਗੀ ਸਰਕਾਰ ਡਰੱਗ ਤਸਕਰੀ ਮਾਮਲੇ 'ਚ ਮੁੱਖ ਮੰਤਰੀ ਦਾ ਵੱਡਾ ਐਕਸ਼ਨ ਪੁਲਿਸ ਅਫਸਰ ਰਾਜਜੀਤ ਸਿੰਘ ਨੂੰ ਕੀਤਾ ਬਰਖਾਸਤ ਬাসী ਯਾਤਰੀਆਂ ਨੇ ਇਹ ਖਬਰ ਇਸ ਦਿਨ ਚੰਲਨੀ ਪੈ ਸਕਦੀ ਹੈ ਭਾਰੀ ਪਰੇਸ਼ਾਨੀ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ 'ਵਿ ਬੜੀਆਂ ਭ੍ਰਿਸ਼ਟਾਚਾਰ ਦਾ ਘੜ ਪੰਚਾਂ ਸਰਪੰਚਾਂ ਖਿਲਾਫ ਆਇਆ ਸ਼ਿਕਾਇਤਾਂ ਦਾ ਹੜਾ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ 'ਚ ਅਗਲੇ 3 ਦਿਨ ਮੀਂਹ ਦਾ ਅਲਰਟ ਰਮੰਦਰ ਸਾਹਿਬ ਚ ਐਂਟਰੀ ਨੂੰ ਲੈ ਕੇ ਵਿਵਾਦ ਲੜਕੀ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਮੂਸੇਵਾਲਾ ਦੇ ਪੇਤਾਂ ਨੇ ਯੋਗੀ ਸਰਕਾਰ ਦੀ ਕੀਤੀ ਸ਼ਿਲਾਗਾ ਇੱਕ ਹਫ਼ਤੇ ਤੱਕ ਬੰਦ ਰਹਿਣਗੇ ਸਾਰੇ ਸਕੂਲ ਤੇ ਕਾਲਜ ਮੁੱਖ ਮੰਤਰੀ ਵੱਲੋਂ ਗਰਮੀ ਤੋਂ ਬਚਣ ਦੀ ਸਲਾਹ 56 ਸਵਾਲ 9 ਘੰਟੇ ਚੱਲੇ ਪੁੱਛ ਗਿਛ ਜਾਣ ਸੀਬੀਆਈ ਦਫ਼ਤਰ ਤੋਂ ਬਾਹਰ ਆ ਕੇ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ ਉਹ ਹੁਣ ਇਹ ਸਵੇਰ ਸਰਕਾਰ ਨੇ ਮੁਲਾਜ਼ਮਾਂ ਦਿੱਤਾ ਵੱਡਾ ਤੋਹਫਾ ਤਰਖਾ ਚ ਹੋਵੇਗਾ ਬੰਪਰ ਵਾਦਾ ਦਾਜਾਚਾਰ ਮੁਲਾਜ਼ਮਾਂ ਨੂੰ ਕੜਕ ਖਰੀਦਣ ਲਈ ਮਿਲੇਗਾ 8500 ਰੁਪਏ ਵਿਆਜ ਆ ਤਾ ਦੋਸਤੋ ਅੱਜ ਦੀਆਂ ਆਪਣੀਆਂ ਇਸ ਵਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਹਾਂ ਜੀ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਉਸ ਤੋਂ ਪਹਿਲਾਂ ਜਿਹੜੇ ਦੋਸਤ ਮਿੱਤਰ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਦੋਸਤੋ ਜੇ ਸਾਡੀ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਗੱਲ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਕਿ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ ਇਥੇ ਕਿਸਾਨਾਂ ਨੂੰ 100 ਰੁਪਏ ਲੀਟਰ ਦੁੱਧ ਖਰੀਦੇਗੀ ਸਰਕਾਰ ਆ ਭਾਰਤਕ ਖੇਤੀ ਪ੍ਰਧਾਨ ਦੇਸ਼ ਕੇਂਦਰ ਤੇ ਰਾ ਸਰਕਾਰਾਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀਆਂ ਨੇ ਦੁੱਧ ਉਤਪਾਦਨ ਵੀ ਇਸ ਨਾਲ ਸਬੰਧਤ ਖੇਤਰ ਮੰਨਿਆ ਜਾਂਦਾ ਹੈ ਦੇਸ਼ ਦੀ ਵੱਡੀ ਗਿਣਤੀ ਕਿਸਾਨਾਂ ਦੀ ਆਮਦਨ ਦੁੱਧ ਉਤਪਾਦਨ ਉੱਤੇ ਹੀ ਰਾ ਸਰਕਾਰਾਂ ਵੀ ਪਸ਼ੂਆਂ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀਆਂ ਨੇ ਹਿਮਾਚਲ ਸਰਕਾਰ ਨੇ ਹੁਣ ਦੁੱਧ ਦਾ ਉਤਪਾਦਨ ਵਧਾਉਣ ਲਈ ਇੱਕ ਛਲਾਗਾ ਜੋ ਕਦਮ ਚੁੱਕਿਆ ਹੈ ਇਤੋਂ ਦੇ ਕਿਸਾਨਾਂ ਦੀ ਕਮਾਈ ਦੁੱਧ ਵੇਚ ਕੇ ਹੀ ਬੰਪਰ ਹੋਵੇਗੀ ਤਾਂ ਆਉ ਜਾਣਨ ਦੀ ਕੋਸ਼ਿਸ਼ ਕਰਦੇ ਕਿ ਹਿਮਾਚਲ ਸਰਕਾਰ ਦੀ ਕੀ ਯੋਜਨਾ ਹੈ ਹਿਮਾਚਲ ਪ੍ਰੇਰਿਤ ਸਰਕਾਰ ਸੂਬੇ ਵਿੱਚ ਦੁੱਧ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਯਤਨ ਛੇਲੇਸ ਦੇ ਲਈ ਹੀਮ ਗੰਗਾ ਯੋਜਨਾ ਸ਼ੁਰੂ ਕੀਤੀ ਜਾਵੇਗੀ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਚੰਦਨ ਕੁਮਾਰ ਨੇ ਦੱਸਿਆ ਕਿ ਸੂਬੇ ਵਿੱਚ ਡੇਰੀ ਅਨੁਯੋਗ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਇਸ ਦੇ ਲਈ ਪੂਰਾ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਹੀਮ ਗੰਗਾ ਯੋਜਨਾ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ ਇਹ ਕਿਸਤਾਨਾ ਤੋਂ ਜਿਹੜੀ ਸਰਕਾਰ ਹੈਗੀ ਹੈ ਉਹ 100 ਰੁਪਏ ਪ੍ਰਤੀ ਲੀਟਰ ਦੁੱਧ ਜਿਹੜਾ ਖਰੀਦੇਗੀ ਡਰੱਗ ਤਸਕਰੀ ਮਾਮਲੇ 'ਚ ਮੁੱਖ ਮੰਤਰੀ ਦਾ ਵੱਡਾ ਐਕਸ਼ਨ ਪੁਲਿਸ ਅਫਸਰ ਰਾਜੀਸ਼ ਸਿੰਘ ਨੂੰ ਕੀਤਾ ਬਰਖਾਸਤ ਮੁੱਖ ਮੰਤਰੀ ਭਗਵੰਤ ਮਾਨ ਨੇ ਡਰੱਗ ਤਸਕਰੀ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਹੈ ਇਸ ਮਾਮਲੇ ਵਿੱਚ ਪੀਪੀਐਸ ਰਾਜੀ ਸਿੰਘ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਨ ਦਾ ਆਰਡਰ ਜਾਰੀ ਕਰ ਦਿੱਤਾ ਗਿਆ ਉਹਨਾਂ ਟਵੀਟ ਕਰਕੇ ਇਸ ਐਕਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਦੇ ਟਵੀਟ ਵਿੱਚ ਲਿਖਿਆ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਸਟੀਲਬਾਦ ਦੇ ਲਫਾਫੇਦਾਰ ਰਿਪੋਰਟਾਂ ਨੂੰ ਖੋਖਣ ਤੋਂ ਬਾਅਦ ਰਾਜੀ ਸਿੰਘ ਪੀਪੀਐਸ ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਵਿਜੀਲੈਂਸ ਨੂੰ ਚਿੱਠੀ ਤਾਂ ਸਕਰੀਨ ਵਾਲਾ ਕਮਾਈ ਹੋਏ ਸੰਪਤੀ ਦੀ ਜਾਂਚ ਕਰ ਲੈ ਵੀ ਕਿ ਹੈਗਾ ਵੇਰਵੇ ਜਲਦੀ બસ ਯਾਤਰੀ ਲਈ ਅਹਿਮ ਖਬਰ ਅੱਜ ਦਿਨ ਚੰਲਣੀ ਪੈ ਸਕਦੀ ਹੈ ਭਾਰੀ ਪਰੇਸ਼ਾਨੀ ਪੰਨਬਸ ਪੀਆਰਟੀਸੀ ਠੇਕਾ ਵਰਕਰ ਯੂਨੀਅਨ ਵੱਲੋਂ ਸਥਾਨਕ ਬਾਸਰਡੇ ਚ ਯੂਨੀਅਨ ਦੇ ਸਰਪ੍ਰਸਤ ਕਮਲ ਕੁਮਾਰ ਦੀ ਪ੍ਰਧਾਨਗੀ ਸੂਬਾ ਪਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੈਂਡਿੰਗ ਮੰਗਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੂਬਾ ਪ੍ਰਧਾਨ ਰਿਸ਼ਮ ਸਿੰਘ ਗੇਲਾ ਜਰਨਲਿਸਟ ਕਰਤਾ ਸ਼ਮਸ਼ੇਸ਼ਕ ਢਿੱਲੋ ਦੇ ਸੱਦੇ ਤੇ ਬੁਲਾਈ ਗਈ ਮੀਟਿੰਗ ਚ ਬੁਲਾਰਿਆਂ ਨੇ ਕਿਹਾ ਕਿ ਅਧਿਕਾਰੀਆਂ ਦੇ ਨਾਲ ਕਈ ਵਾਰ ਹੋਈਆਂ ਮੀਟਿੰਗਾਂ ਚ ਮੰਗਾਂ ਮੰਨਣ ਦਾ ਪ੍ਰੋਸਾ ਦਵਾਇਆ ਜਾ ਚੁੱਕੇ ਪ੍ਰੋਫਾਈਲਾਂ ਅੱਗੇ ਨਹੀਂ ਵਧਾਈਆਂ ਜਾ ਰਹੀਆਂ ਜਿਸ ਨਾਲ ਵਰਕਰਾਂ ਚ ਰੋਸ ਵਧਦਾ ਜਾ ਰਿਹਾ ਹੈ ਆਗਾਮੀ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਸਰਬਸੰਤੀ ਨਾਲ ਫੈਸਲਾ ਲੈ ਕੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਨਵੇਂ ठेकेदार ਨੂੰ ਭਾਰਤੀ ਕਰਵਾਲੀ ਸ਼ਹਿਰ ਡੀਪੂ ਦੇ ਮੁਲਾਜ਼ਮਾਂ ਦੀਆਂ ਤਰਕਾਹਾਂ ਰੋਕ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ 28 ਨਵੇਂ ਡਰਾਈਵਰਾਂ ਦੀਆਂ ਤਰਕਾਹਾਂ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਮਿਸ਼ਮ ਚੇਸ਼ੰਗ ਨੇ ਕਿਹਾ ਹੈ ਕਿ 18 April ਤੱਕ ਸਾਰੇ ਵਰਕਰਾਂ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ ਤਾਂ 19 April ਨੂੰ ਪੰਜਾਬ ਦੇ ਸਾਰੇ 27 ਦੀਪੂਨ ਬੰਦ ਕਰਕੇ ਸਖਤ ਸੰਘਰਸ਼ ਕੀਤਾ ਜਾਵੇਗਾ ਇਸ ਤੋਂ ਕਿਸੇ ਵੀ ਸਰਕਾਰੀ ਬਸਨ ਦੀਪੂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਇਸ ਕਾਰਨ ਸਰਕਾਰੀ ਬਸਾਂ ਦਾ ਚੱਕਾ ਜਾਮ ਰਹੇਗਾ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵੀ ਬੜੀਆਂ ਪ੍ਰਸ਼ਟਾਚਾਰ ਦਾ ਗੜ ਪੰਜਾਂ ਸਰਪੰਚਾਂ ਖਿਲਾਫ ਆਇਆ ਸ਼ਿਕਾਇਤਾਂ ਦਾ ਹੜਾ ਪੰਜਾਬ ਦੇ ਇੱਕ ਪਾਸੇ ਹਮਾਲ ਮਹਿਕਮੇ ਅਤੇ ਪੁਲਿਸ ਪਾਕ ਦੇ ਮੁਲਾਜ਼ਮਾਂ ਖਿਲਾਫ ਪੇਟਾ ਚਾਹਦੇ ਸ਼ਿਕਾਇਤਾਰ ਹਨ ਦੂਜੇ ਪਾਸੇ ਸੂਬੇ ਅੰਦਰ ਪੰਜਾਂ ਸਰਪੰਚਾਂ ਖਿਲਾਫ ਵੀ ਸ਼ਿਕਾਇਤਾਂ ਦਾ ਹੜ ਆ ਗਿਆ ਹੈ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਖਿਲਾਫ ਪਹਿਲੀ ਵਾਰ ਇੰਨੇ ਵੱਡੇ ਪੱਧਰੋਂ ਪੇਟਾ ਸ਼ਿਕਾਇਤਾਂ ਆਈਆਂ ਨੇ ਹਾਸਲ ਜਾਣਕਾਰੀ ਮੁਤਾਬਕ ਇਸ ਸਮੇਂ ਪੰਚਾਇਤ ਤੇ ਪਿੰਡ ਵਿਕਾਸ ਵਿਭਾਗ ਪੰਜਾਂ ਸਰਪੰਚਾਂ ਤੇ ਪੰਚਾਇਤ ਕਰਤਾਰ ਵਰਦਾਈਆਂ 450 ਤੋਂ ਵੱਧ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ ਇਹਨਾਂ ਵਿੱਚੋਂ ਅੱਧੀਆਂ ਸ਼ਿਕਾਇਤਾਂ ਮੁੱਖ ਮੰਤਰੀ ਦੀ ਆਨਲਾਈਨ ਸ਼ਿਕਾਇਤ ਸਹੂਲਤ ਤੇ ਕੀਤੀਆਂ ਗਈਆਂ ਯਾਨੀ ਸੂਤਰਾਂ ਮੁਤਾਬਕ ਕਈ ਮਾਮਲਿਆਂ ਵਿੱਚ ਗ੍ਰਿਫਤਾਰੀਆਂ ਵੀ ਹੋਈਆਂ ਨੇ ਕਈ ਮਾਮਲਿਆਂ ਵਿੱਚ ਵਿਕਾਸ ਦੇ ਨਾਂ ਤੇ ਇੱਕ ਇੱਟ ਵੀ ਨਹੀਂ ਲਾਏਗੀ ਪਰ ਲੱਖਾਂ ਰੁਪਏ ਖਰਦਪੁਰਦ ਕਰ ਦਿੱਤੇ ਗਏ ਸਰਕਾਰ ਨੇ ਪਿੰਡੂ ਵਿਕਾਸ ਫੰਡਾਂ ਵਿੱਚ ਬੇਨਿਆਮੀਆਂ ਨੂੰ ਰੋਕਣ ਲਈ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿੱਚ ਨਿਗਰਾਨ ਕਮੇਟੀ ਬਣਾਉਣ ਦੀ ਤਿਆਰੀ ਕਰ ਲਈ ਹੈ ਉਹ ਪੰਚਾਇਤ ਪੰਡਾਂ ਤੇ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਨਗੇ ਉਧਰ ਸੂਤਿਆਂ ਦਾ ਕਹਿਣਾ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਪੰਚਾਇਤਾਂ ਚ 5 ਲੱਖ ਤੋਂ ਵੱਧ ਦੀਆਂ ਬੇਨਿਯਮੀਆਂ ਹੋਣ ਤੇ ਮਾਮਲਾ ਵਿਜੀਲੈਂਸ ਨੂੰ ਭੇਜਿਆ ਜਾਵੇਗਾ ਹੁਣ ਸਿਰਫ 99 ਕੇਸ ਵਿਜੀਲੈਂਸ ਨੂੰ ਭੇਜੇ ਗਏ ਨੇ ਕੁਝ ਪੰਚਾਇਤਾਂ ਵਿੱਚ ਕਰੋੜਾ ਰੁਪਏ ਦੇ ਘਪਲੇ ਹੋਏ ਨੇ ਵਿਜੀਲੈਂਸ ਟੀਮਾਂ ਇਹਨਾਂ ਦੀ ਜਾਂਚ ਕਰ ਰਹੀਆਂ ਨੇ ਇਸ ਦੇ ਨਾਲ ਹੀ ਵਿਕਾਸ ਵਿੱਚ ਰੱਖੇ ਫੰਡ ਵੀ ਫਰਜ਼ੀ ਬਿੱਲਾਂ ਦੇ ਨਾਂ ਤੇ ਖੜਾਪ ਲਏ ਗਏ ਨੇ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਚ ਅਗਲੇ 3 ਦਿਨਾਂ ਲਈ ਮੀਂਹ ਦਾ ਅਲਰਟ ਪੰਜਾਬ ਹਰਿਆਣਾ ਵਿੱਚ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਸ ਲਈ ਇਸ ਕਾਰਨ 18 ਤੋਂ 20 April ਤੱਕ 3 ਦਿਨਾਂ ਤੱਕ ਕਈ ਥਾਵਾਂ ਉੱਤੇ ਗਾਹਦੇ ਦੇ ਨਾਲ ਵੀ ਪੈਣ ਦੀ ਸੰਭਾਵਨਾ ਹੈ ਚੰਨੀ ਗੱਜ ਸੁਵਾਨ ਸ਼ੰਕ ਤਰਤੇ ਬੱਦਲ ਛਾਏ ਰਹੇ ਤੇ ਇਸ ਕਾਰਨ ਤਾਮਰੋਚ ਗਰਾਵਟ ਆਈ ਤੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਮੌਸਮ ਕਾਰਵਟ ਬਦਲ ਰਹੇ ਹੈ ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਵੀ ਵੀ ਪੈ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਭਾਗ ਡਾਕਟਰ ਮੁਖੀ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਆਉਣ ਵਾਲਾ ਹੈ ਉਹਨਾਂ ਦੱਸਿਆ ਕਿ 18 ਤੇ 19 April ਨੂੰ ਪੂਰੇ ਪੰਜਾਬ 'ਚ ਮੀਂਹ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਉਧਰ NCR ਵਿੱਚ 17 April ਨੂੰ ਹਲਕੀ ਬੱਝਾ ਬੂੰਦਾਬੰਦੀ ਹੋ ਗਈ ਤੇ ਇਸ ਦੇ ਨਾਲ ਹੀ ਆਸਮਾਨ ਵਿੱਚ ਆਮ ਤੌਰ ਤੇ ਬੱਦਲ ਛਾਏ ਰਹੇ ਭਾਰਤੀ ਮੌਸਮ ਵਿਭਾਗ ਨੇ ਅੱਜ ਅੱਜ ਤੋਂ 20 ਅਪ੍ਰੈਲ ਤੱਕ ਦਿੱਲੀ ਐਨਸੀਆਰ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਗਾਜ਼ੇ ਤੂਫਾਨ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਹਰਮੰਦਰ ਸਾਹਿਬ ਚ ਐਂਟਰੀ ਨੂੰ ਲੈ ਕੇ ਵਿਵਾਦ ਲੜਕੀ ਨੂੰ ਦਰਬਾਰ ਸਾਹਿਬ ਜਾਤ ਰੋਕਿਆ ਦਰਬਾਰ ਸਾਹਿਬ ਵਿੱਚ ਲੜਕੀ ਦੀ ਐਂਟਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਇੱਕ ਲੜਕੀ ਨੂੰ ਦਰਬਾਰ ਸਾਹਿਬ ਵਿੱਚ ਜਾਣ ਤੋਂ ਰੋਕਣ ਨੂੰ ਲੈ ਕੇ ਐਸਜੀਪੀਸੀ ਨੇ ਮਾਫੀ ਮੰਗੀ ਹੈ ਜੇਕਰ ਜੋਗੇ ਕਿ ਦਰਬਾਰ ਸਾਹਿਬ ਵਿੱਚ ਐਂਟਰੀ ਨੂੰ ਲੈ ਕੇ ਇੱਕ ਲੜਕੀ ਨੂੰ ਰੋਕਣ ਤੇ ਉਸ ਉਤੇ ਹੱਥ ਚੁੱਕਦਾ ਮਾਮਲਾ ਸਾਹਮਣੇ ਆਇਆ ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਆਪਣੇ ਚਿਹਰੇ ਉੱਤੇ ਤਿਰੰਗੇ ਦਾ ਟੈਟੂ ਬਣਾਇਆ ਹੋਇਆ ਸੀ ਜਿਸ ਕਾਰਨ ਉਸ ਨੂੰ ਸੇਵਾਦਾਰ ਨੇ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਜਿਸ ਕਾਰਨ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਸੇਵਾਦਾਰ ਨਾਲ ਬਹਿਸ ਵੀ ਹੋਈ ਇਸ ਬਾਰੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਜੀਪੀਸੀ ਨੇ ਆਪਣਾ ਸਪਸ਼ਟਿਕਾੰਦ ਦਿੱਤਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਾਰ ਸਿੰਘ ਗਰੇਵਾਲ ਨੇ ਮਾਮਲੇ ਦੇ ਬੋਲਦੇ ਕਿਹਾ ਕਿ ਸੇਵਾਦਾਰ ਦੇ ਵਿਵਹਾਰ ਲਈ ਮਾਫੀ ਮੰਗਦਾ ਹਾਂ ਧਾਰਮਿਕ ਸਥਾਨ ਦੀ ਮਰਿਆਦਾ ਹੁੰਦੀ ਹੈ ਇੱਥੇ ਵੀ ਕੋਈ ਕਿੰਦਾਸ਼ਾ ਕਰਕੇ ਨਾ ਆਵੇ ਉਸ ਦਾ ਪਹਿਰਾਵਾ ਠੀਕ ਹੋਵੇ ਇਸ ਲਈ ਸੇਵਾਦਾਰ ਉਹਨਾਂ ਦਾ ਪੂਰਾ ਖਿਆਲ ਰੱਖ ਰਹੇ ਨੇ ਜੇ ਕਿਸੇ ਵੀ ਸਰਦਾਰ ਲੋ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮੈਂ ਦਿਲੋਂ ਮਾਫੀ ਮੰਗਦਾ ਦੂਜੇ ਪਾਸੇ ਭਾਜਪਾ ਦੇ ਕਸੀਰੇ ਨੇਤਾ ਨੇ ਵੀ ਇਸ ਬਗਾਲ ਦੀ ਨਿਖੇਦੀ ਕੀਤੀ ਉਹਨਾਂ ਨੇ ਕਿਹਾ ਕਿ ਦਰਬਾਰ ਸੈ ਵਿੱਚ ਕਿਸੇ ਦੇ ਹੱਥ ਚੁੱਕਣਾ ਚੰਗੀ ਗੱਲ ਨਹੀਂ ਮੂਸੇਵਾਲਾ ਦੇ ਪੇਟੜੀ ਯੋਗੀ ਸਰਕਾਰ ਦੀ ਕੀਤੀ ਛਲਾਗਾ ਬਰਹੁ ਪੱਜਾਬੇ ਗਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰੀ ਤਾਰੀਫ਼ ਕੀਤੀ ਉਹਨਾਂ ਕਿਹਾ ਕਿ ਭਗਵਾਨ ਤੁਹਾਡਾ ਸਰਕਾਰ ਸੁਰੱਖਿਆ ਤੇ ਇਨਸਾਫ ਦਿਵਾਉਣ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਪੰਜਾਬ ਦੇ ਜਿਨ੍ਹਾਂ ਵਿੱਚ ਵੀਡੀਓਜ਼ ਬਣ ਰਹੀਆਂ ਨੇ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਯੂਪੀ ਸਰਕਾਰ ਲਗਾਤਾਰ ਗੈਂਗਸਟਰਾਂ ਨੂੰ ਖਤਮ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੁਝ ਚਿਕਣਾ ਚਾਹੀਦਾ ਹੈ ਉਹ ਵੀ ਤਾਂ ਸਰਕਾਰੀ ਹੈ ਪਰ ਭਗਵੰਤ ਮਾਨ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਤਾਂ ਮਾਨ ਨੂੰ ਪਿੰਡ ਮੂਸੇਵਾਲਾ ਦੇ ਗ੍ਰਹਿ ਵਿਖੇ ਇਹ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਰਚਾਸ਼ ਕਰਨ ਸੰਬੋਧਨ ਕਰੇ ਸਨ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇਹ ਡਰ ਪੈਦਾ ਕਰ ਰਹੀ ਹੈ ਕਿ ਕੁਝ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਿਓ ਤਾਬਲੇ ਹਨ ਪਰ ਉਹ ਇਸ ਵਾਰ ਉਹ ਇਸ ਵਿੱਚ ਕੋਈ ਯਕੀਨ ਨਹੀਂ ਰੱਖਦੇ ਤੇ ਉਹ ਕੋਈ ਵੀ ਗੈਰ ਕਾਨੂੰਨੀ ਤਰੀਕਾ ਨਹੀਂ ਅਪਣਾਉਣਾ ਚਾਹੁੰਦੇ ਇਸ ਲਈ ਉਹ ਕਾਨੂੰਨੀ ਲੜਾਈ ਲੜਨ ਵਿੱਚ ਹੀ ਯਕੀਨ ਰੱਖਦੇ ਹਨ ਇੱਕ ਹਫ਼ਤੇ ਤੱਕ ਬੰਦ ਰਹਿਣਗੇ ਸਾਰੇ ਸਕੂਲ ਤੇ ਕਾਲਜ ਮੁੱਖ ਮੰਤਰੀ ਵੱਲੋਂ ਗਰਮੀ ਤੋਂ ਬਚਣ ਦੀ ਸਲਾਹ ਅਤਿ ਦੀ ਗਰਮੀ ਬਣ ਰਹੇ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ 17 April ਤੋਂ ਪੱਛਮੀ ਬੰਗਾਲ ਦੇ ਸਾਰੇ ਸਕੂਲ ਅਤੇ ਕਾਲਜ ਇੱਕ ਹਫ਼ਤੇ ਲਈ ਬੰਦ ਰਹਿਣਗੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਇਸ ਦਾ ਐਲਾਨ ਕੀਤਾ ਹੈ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ਨੂੰ ਸਕੂਲਾਂ ਤੋਂ ਵਾਪਸ ਆਉਣ ਦੇ ਸਿਰ ਦਰਦ ਅਤੇ ਹੋਰ ਸਿਹਤ ਸਮੱਸਿਆਵਾਂ ਦੀ ਸ਼ਿਕਾਇਤ ਹੋ ਰਹੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਮੈ ਲੋਕਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਘਰ ਵਿੱਚ ਬਾਹਰ ਨਾ ਜਾਣ ਦੀ ਅਪੀਲ ਵੀ ਕਰਨੀ ਮੁੱਖ ਮੰਤਰੀ ਨੇ ਇੱਕ ਸਥਾਨਕ ਚੈਨਲ ਨੂੰ ਦੱਸਿਆ ਕਿ ਗਰਮੀ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਇਸ ਸਾਬਤ ਸੋਵਾਰ ਤੋਂ ਸ਼ਨੀਵਾਰ ਤੱਕ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਸਮੇਤ ਸਾਰੇ ਵਿਦਿਅਕ ادارے ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ 50 سوال 9 ਘਟੇ ਚੱਲੀ ਪੁੱਛ ਕੇ ਤੇ ਜਾਣੋ ਸੀਬੀਆਈ ਦਫ਼ਤਰ ਤੋਂ ਬਾਹਰ ਆ ਕੇ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ ਜਿਹੜਾ ਦੋਸਤੋ ਸੀਬੀਆਈ ਦੀ ਪੁੱਛਗਿੱਛ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕੀਤਾ ਉਸ ਦੌਰਾਨ ਉਹਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਆਤੀਸ਼ੀ ਵੀ ਮੌਜੂਦ ਸਨ ਦੱਸ ਦਈਏ ਕਿ ਕੇਜਰੀਵਾਲ ਨੇ ਮੀਡੀਆ ਨੂੰ ਕਿਹਾ ਸੀ ਕਿ ਸੀਬੀਆਈ ਨੇ ਦਫ਼ਤਰ ਵਿੱਚ ਚੰਗਾ ਮਾਹੌਲ ਬਣਾਇਆ ਸੀ ਅਤੇ ਉਹਨਾਂ ਨੂੰ ਬਹੁਤ ਸਨਮਾਨ ਦਿੱਤਾ ਇਸ ਦੇ ਨਾਲ ਹੀ ਮੈਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜੋ ਸੀਬੀਆਈ ਅਧਿਕਾਰੀਆਂ ਨੇ ਮੈਨੂੰ ਪੁੱਛੇ ਕਿਉਂਕਿ ਮੇਰੇ ਕੋਲ ਲਗਾਉਣ ਲਈ ਕੁਝ ਨਹੀਂ ਸੀ ਕੇਂਦਰ ਸਰਕਾਰ ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 30 ਸਾਲਾਂ 'ਚ ਭਾਵੇਂ ਸਰਕਾਰ ਨੇ ਗੁਜਰਾਤ 'ਚ ਵੀ ਇੱਕ ਵੀ ਚੰਗਾ ਸਕੂਲ ਨਹੀਂ ਬਣਾਇਆ ਲੋਕਾਂ ਨੇ ਦੇਖਿਆ ਕਿ ਦੇਸ਼ ਵਿੱਚ ਪਿਛਲੇ 75 ਸਾਲਾਂ 'ਚ ਕੋਈ ਕੰਮ ਨਹੀਂ ਹੋਇਆ ਤੇ ਦਿੱਲੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਹੀ ਉਹ ਕੰਮ ਕਰਕੇ ਵਿਖਾਇਆ ਇਸੇ ਲਈ ਇਹ ਲੋਕ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਨੇ ਕੇਜਰੀਵਾਲ ਉਹਨਾਂ ਕੇਜਰੀਵਾਲ ਉਹਨਾਂ ਨੇ ਕਿਹਾ ਕਿ ਸੀਬੀਆਈ ਨੇ ਮੇਰੇ ਤੋਂ ਹਰ ਤਰ੍ਹਾਂ ਦੇ ਸਵਾਲ ਪੁੱਛੇ ਕੋਲ ਮਿਲਾਂ ਕੇ ਏਜੰਸੀ ਨੇ ਮੈਨੂੰ 56 ਸਵਾਲ ਪੁੱਛੇ ਮੈਨੂੰ ਨਹੀਂ ਪਤਾ ਕਿ ਉਹ ਲੋਕ ਮੈਨੂੰ ਅੱਗੇ ਬੁਲਾਉਣਗੇ ਜਾਂ ਨਹੀਂ ਕੇਜਰੀਵਾਲ ਦੇ ਅੱਗੇ ਕਿਹਾ ਕਿ ਮੇਰਾ ਮੰਨਣਾ ਕਿ ਮਾਮਲਾ ਪੂਰੀ ਤਰ੍ਹਾਂ ਝੂਠੀ ਹੈ ਆਮ ਆਦਮੀ ਪਾਰਟੀ ਦੇ ਵਰਕਰ ਇਸ ਦੇ ਖਿਲਾਫ ਲਗਾਤਾਰ ਆਵਾਜ਼ ਉਠਾ ਰਹੇ ਨੇ ਜੇਕਰ ਸਾਡੇ ਵਰਕਰ ਸ਼ਾਂਤ ਮੇਂ ਟੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਕਾਨੂੰਨੀ ਤੌਰ ਤੇ ਬਹੁਤ ਗਲਤ ਹੈ ਹੁਣੇ ਸੂਬਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫਾ ਤਨਖਾਹ ਵਿੱਚ ਹੋਵੇਗਾ ਬੰਪਰ ਵਾਧਾ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ ਮੋਦੀ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਮਹਿੰਗਾਈ ਭੱਤੇ ਵਿੱਚ ਵਾਅਦਾ ਕਰ ਦਿੱਤਾ ਇਸ ਦੇ ਤਹਿਤ ਕੇਂਦਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਵਿੱਚ 4% ਵਾਧੇ ਦਾ ਐਲਾਨ ਕੀਤਾ ਗਿਆ ਹੁਣ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਵੀ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਪੈਨਸ਼ਨਾਂ ਤੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਹਿਮਾਚਲ ਦੇ ਸਤਿ ਦੇ ਮੌਕੇ ਤੇ ਸਰਕਾਰੀ ਮੁਲਾਜ਼ਮਾਂ ਨੂੰ ਪੈਚਨਰਾਂ ਵਿੱਚ ਡੀਏ ਚ 3% ਵਾਧਾ ਕਰਨ ਦਾ ਐਲਾਨ ਕੀਤਾ ਹੈ ਹੁਣ ਇਸ ਰਾਜ ਦੇ ਮੁਲਾਜ਼ਮਾਂ ਤੇ ਪੈਚਨਰਾਂ ਨੂੰ 34% ਡੀਏ ਮਿਲੇਗਾ ਜੋ ਪਹਿਲਾਂ 33% ਸੀ ਇਸ ਫਾਇਦੇ ਨਾਲ ਲਗਭਗ 2.15 ਲੱਖ ਕਰਮਚਾਰੀਆਂ ਤੇ 1.90 ਹਜ਼ਾਰ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ ਇਸ ਸਬੰਧੀ ਜਾਰੀ ਬਿਆਨ ਚ ਹਿਮਾਚਲ ਸਰਕਾਰ ਨੇ ਕਿਹਾ ਕਿ ਇਸ ਪੈਸੇ ਨਾਲ ਸਰਕਾਰੀ ਖਜ਼ਾਨੇ ਤੇ ਕਰੀਬ 500 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਤਹਾਨੂੰ ਦਾ ਦੇ ਕੇ ਸੀਐਮ ਸੁਖੋ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਦੀ ਪਾਲਣਾ ਕਰਦੇ ਹੇ ਦੂਜੇ ਪੜਾਅ ਵਿੱਚ ਜੂਨ 2023 ਤੋਂ ਸਪੱਤੀ ਦੀ 18 ਸਾਲ ਤੋਂ ਵੱਧੋ ਮਾਦਿਏ ਸਾਰੀਆਂ 9000 ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਵੀ ਐਲਾਨ ਕੀਤਾ ਹੈ ਦਾਦਾ ਚਾਰ ਮੁਲਾਜ਼ਮਾਂ ਨੂੰ ਕਰਜ਼ੇ ਖਰੀਦਣ ਲਈ ਮਿਲੇਗਾ 8500 ਰੁਪਏ ਵਿਆਜ ਜਿਹਾ ਦੋਸਤੋ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਪੰਜਾਬ ਰਾਜ ਇਸ ਮੁ ਵਿਭਾਗਾ ਦੇ ਮੁਖੀਆਂ ਡਿਵੀਜ਼ਨਾਂ ਦੇ ਕਮਿਸ਼ਨਰਾਂ ਰਜਿਸਟਰਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਡੈਟਰੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਦਾਦਾ ਚਾਰ ਜਨ ਕੇ ਗਰੁੱਪ ਡੀ ਮੁਲਾਜ਼ਮਾਂ ਨੂੰ ਕਰਜ਼ੇ ਖਰੀਦ ਲਈ ਵਿਆਜ ਰਹਿਤ 8500 ਰੁਪਏ ਕਰਜ਼ਾ ਦੇਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਇਹ ਮੁਲਾਜ਼ਮਾਂ ਵੱਲੋਂ ਲਿਆ ਗਿਆ ਕਰਜ਼ਾ 8 ਮਹੀਨੇ ਦੀਆਂ ਬਰਾਬਰ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ ਇਸ ਵਿੱਚ ਐਸਡੀ ਵਸੂਲੀ ਜੋੜ ਮਹੀਨੇ ਦੀ ਤਨਖਾਹ ਜੋ ਜੁਲਾਈ ਵਿੱਚ ਮਿਲਦੇ ਮਿਲੇਗੀ ਤੋਂ ਸ਼ੁਰੂ ਕੀਤੀ ਜਾਵੇਗੀ ਪੱਤਰ ਮੁਤਾਬਕ ਇਹ ਕਾਰਜਾ ਸਿਰਫ ਰੈਗੂਲਰ ਗ੍ਰਾਪੀਟੀ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਵੇਗਾ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ